ਅਲੈਕੁਮ ਅਲੈਕੁਮ ਅਲੀ ਹਸਨ ਕਾਂਗ ਬਰਾਕ ਤੋਂ ਅਲੀ ਹਸਨ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਲਹਮਦੁਲਿਲਾਹ ਲਾਪਾਕ ਦਾ ਸ਼ੁਕਰ ਆ ਕਿ ਮੈਂ ਬਿਲਕੁਲ ਠੀਕ ਆ ਕਣਕ ਵਿਜਣ ਦੀ ਤਿਆਰੀ ਹੋ ਰਹੀ ਆ ਚੌਲ ਵੱਢ ਹੋ ਗਏ ਪੈੜੀਆਂ ਵੱਗ ਗਈਆਂ ਅੱਜ ਇਨਸ਼ਾਅੱਲਾ ਰੂਟਰ ਮਰਾਵਾਂਗੇ ਮੇਰਾ ਕੋਈ ਇਰਾਦਾ ਨਹੀਂ ਸੀ ਕੋਈ ਇੱਕ ਫੀਸਰ ਵੀ ਇਰਾਦਾ ਨਹੀਂ ਸੀ ਬਣੇ ਚਾਗਾ ਪਰ ਬਜ਼ੁਰਗਾਂ ਦੀ ਨਾ ਮੰਨੀਆਂ ਤੇ ਭਾਈ ਰੋਟੀ ਕਿੱਸੋਂ ਖਾਣੀ ਬਾਬਾ ਜੀ ਦਾ ਹੁਕਮ ਹੋਇਆ ਕਿ ਕਾਕਾ ਬੰਨੇ ਛਾਂਗੋ ਤੇ ਹੁਣ ਐਡੇ ਐਡੇ ਮੋੜ ਵਕ ਕਮਾਦ ਦੇ ਉਹ ਵੱਡ ਰਹੇ ਆ ਕਈ ਯਾਰੀ ਕਈ ਤਿਲਕੀ ਐਵੇਂ ਬਸ ਨੁਖ ਤੇਰਾ ਫਰਕ ਰਹਿ ਗਿਆ ਲਾਤੇ ਲਗਣ ਤੋਂ ਪਰ ਬਾਬਿਆਂ ਦਾ ਵੀ ਹੁਕਮ ਮੰਨਣਾ ਚਾਹੀਦਾ ਕਿਉਂਕਿ ਉਹਨਾਂ ਦੀ ਗੱਲ 'ਚ ਵੀ ਕੋਈ ਹਕਮਤ ਹੁੰਦੀ ਆ ਇੱਕ ਦਿਨ ਮੇਰੇ ਇੱਕ ਭੈਣ ਨੇ ਮੈਨੂੰ ਕਿਹਾ ਕਿ ਕਿੰਨੇ ਦਿਨ ਹੋ ਗਏ ਵਲੌਗ ਨਹੀਂ ਆਇਆ ਕੀ ਗੱਲ ਆ ਮੈਂ ਕਿਹਾ ਬਹੁਤ ਬਿਜ਼ੀ ਆ ਕੇ ਬਿਜ਼ੀ ਆਪਣੀ ਬਿਜ਼ੀ ਲਾਈਫ ਦਾ ਇਹ ਵਲੌਗ ਬਣਾਇਦਾ ਵਾ ਕਿ ਬਿਜ਼ੀ ਆ ਮੈਂ ਐ ਕਰ ਰਿਹਾ ਵਾਂ ਉਹ ਕਰ ਰਿਹਾ ਵਾਂ ਮੈਂ ਕਿਹਾ ਭੈਣ ਮੇਰੀਏ ਵੱਡ ਸਾੜਨ ਵਾਲੇ ਸੀ ਮੈਂ ਕਿਹਾ ਵੱਡ ਸਾੜਦੇ ਆਂਦੀ ਭੈਣ ਮੇਰੀਏ ਵੀਡੀਓ ਬਣਾਉਣੀ ਸੀ ਤੇ ਵੀਡੀਓ ਬਣਾ ਕੇ ਹਟ ਦੇ ਨੈਟ ਤੇ ਅਪਲੋਡ ਕਰਦੇ YouTube ਤੇ ਤੇ ਇੰਨੇ ਚੇਰ ਦੇ ਵਿੱਚ ਪੁਲਿਸ ਆ ਕੇ ਲੈ ਜਾਂਦੀ ਤੇ ਵਲਾਗ ਹੋਣੀ ਡਾਲੇ ਚ ਬਹਿ ਕੇ ਉਹ ਜਾਣ ਡਏ ਹੁੰਦੇ ਕਿਉਂਕਿ ਦਫਾ 44 ਤੁਹਾਨੂੰ ਪਤਾ ਤੇ ਕੋਸ਼ਿਸ਼ ਤੇ ਕਰੀਦੀ ਜਿੰਨੀ ਘੱਟ ਥਾੜ ਨਹੀਂ ਪਵੇ ਘਾਟਾ ਅਗ ਲਾਉਣੀ ਪਵੇ ਲੇਕਿਨ ਫੇ ਵੀ ਇੰਨਾ ਬੰਦਾ ਪੁੱਛੇ ਵੀ ਪਾਬੰਦੀਆਂ ਲਾਉਣ ਵਾਲਿਆਂ ਨੂੰ ਕਿ ਇੰਨਾ ਕਾਟਕਬਾੜ ਜਿਹੜਾ ਵਾ ਉਹ ਕਿੱਥੇ ਕਰਨ ਆਇਆ ਸੀ ਕਿੱਥੇ ਸੁੱਟ ਗਏ ਉਹਨੂੰ ਇੰਡੀਆ ਦੇ ਵਿੱਚ ਡੀਕੰਪੋਜ਼ਰ ਦਿੱਤੇ ਉਹਨਾਂ ਨੇ ਆਪਣੇ ਕਿਸਾਨਾਂ ਨੂੰ ਫ੍ਰੀ ਗਵਰਨਮੈਂਟ ਨੇ ਉਡੀ ਕੰਪੋਜ਼ਰ ਆਪਣੇ ਵੇਸਟੇਜ ਦੇ ਉੱਤੇ ਸਪਰੇਅ ਕਰਦੇ ਆ ਉਹ ਕੁਝ ਦਿਨਾਂ ਦੇ ਵਿੱਚ ਗਲ ਜਾਂਦੀ ਹੈ ਫਿਰ ਆਪਣੀ ਵਾਈ ਕਰਦੇ ਉਹਨਾਂ ਨੂੰ ਸਾਲਣਾ ਨਹੀਂ ਪੈਂਦਾ ਹੁਣ ਸਾਡੀ ਹਕੂਮਤ ਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਤੁਸੀਂ ਵੀ ਸਾਰੇ ਜਾਣਦੇ ਹੋ ਤੇ ਇਸ ਵਾਸਤੇ ਕੋਈ ਮਾੜਾ ਮੋਟਾ ਸਾਨੂੰ ਆਪ ਨੂੰ ਹੀ ਕਰਨਾ ਪੈਂਦਾ ਵਾ ਯਾਰ ਸਾਡੀ ਹਕੂਮਤ ਸਾਨੂੰ ਡੀਕੰਪੋਜ਼ਰ ਦਵੇ ਅਸੀਂ ਵੀ ਉਹ ਕਰੀਏ ਮਾਰਕੀਟ 'ਚ ਕੋਈ ਡੀਕੰਪੋਜ਼ਰ ਆ ਜਾਵੇ ਬੰਦਾ ਮੁੱਲ ਲੈ ਕੇ ਕਰ ਲੈਂਦਾ ਵਾ ਲੇਕਿਨ ਕੁਝ ਵੀ ਨਹੀਂ ਪਾਕਿਸਤਾਨ ਦੇ ਹਾਲਾਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਦਾਂ ਦੇ ਆ ਬਾਕੀ ਅਲਹਮਦੁਲਿਲਾ ਹਾਲਾਤ ਬਹੁਤ ਠੀਕ ਆ ਕਹਿਣ ਦਾ ਮਕਸਦ ਇਹ ਆ ਕਿ ਕਿਸਾਨਾਂ ਵਾਸਤੇ ਥੋੜੀ ਜੀ ਕਿਸਾਨਾਂ ਦੀ ਹੈਲਪ ਚਾਹੀਦੀ ਹੈ ਕਿਸਾਨਾਂ ਨੂੰ ਥੋੜੀ ਜੀ ਹੈਲਪ ਚਾਹੀਦੀ ਹੈ ਜਿਹੜੀ ਸਾਡੀ ਹਕੂਮਤ ਨਹੀਂ ਕਰ ਰਹੀ ਅਗਰ ਕਿਸੇ ਨਾਲ ਗੱਲ ਕਰੋ ਤਾਂ ਕਹਿ ਦਿੰਦੇ ਆ ਕਿ ਜੀ ਗੰਨੇ ਦਾ ਰੇਟ ਇੰਨਾ ਇਹ ਚਾਵਲਾਂ ਦਾ ਰੇਟ ਇੰਨਾ ਹੋ ਗਿਆ ਹਰ ਚੀਜ਼ ਆ ਫਲਾਨੀ ਦਾ ਇੰਨਾ ਫਲਾਨੇ ਦਾ ਇੰਨਾ ਉਤੋਂ ਮਹਿੰਗਾਈ ਵੀ ਤਾਂ ਹੋਈ ਆ ਨਾ ਉਹ ਜਿੱਦਾਂ ਇੱਕ ਬੰਦੇ ਨੇ ਤੁਸੀਂ ਵੀ ਉਹ ਅੱਜ ਕੱਲ ਟਿਕਟੌਕ ਤੇ ਸਨੈਕ ਵੀਡੀਓ ਤੇ ਬਹੁਤ ਚੱਲ ਰਿਹਾ ਵਾ ਕਿ ਇੱਕ ਬੰਦੇ ਨੇ ਕਿਹਾ ਮਹਿੰਗਾਈ ਬਹੁਤ ਹੋ ਗਈ ਆ ਇੱਕ ਬੰਦੇ ਨੇ ਜਦੋਂ ਕਿ ਆ ਮਹਿੰਗਾਈ ਬਹੁਤ ਹੋ ਗਈ ਤੇ ਦੂਸਰਾ ਕਹਿੰਦਾ ਉਹ ਕਿਤਾ ਕਹਿੰਦਾ ਫਲਾਨੀ ਸ਼ੈ ਜਿਹੜੀ ਹੈਗੀ ਆ ਇੰਨੇ ਦੀ ਹੋ ਗਈ ਹੈ ਕਹਿੰਦਾ ਕਿ ਮਹਿੰਗਾਈ ਕੋਈ ਨਹੀਂ ਹੋਈ ਉਹ ਕਹਿੰਦਾ ਉਹ ਕਿਸ ਤਰ੍ਹਾਂ ਕਹਿੰਦਾ ਅੱਗੇ ਕਾਲ ਕਿੰਨੇ ਦੀ ਸੀ ਅੱਜ ਤੋਂ 10 ਸਾਲ ਪਹਿਲਾਂ ਕਹਿੰਦਾ 20 ਰੁਪਏ ਦੀ ਤੇ ਕਹਿੰਦਾ ਸਮੋਸਾ ਕਿੰਨੇ ਦਾ ਸੀ 5 ਰੁਪਏ ਦਾ ਕਹਿੰਦਾ ਹੁਣ ਕਾਲ ਕਿੰਨੇ ਦੀ ਆ ਕਹਿੰਦਾ 5 ਰੁਪਏ ਦੀ ਤੇ ਸਮੋਸਾ ਕਹਿੰਦਾ 20 ਰੁਪਏ ਦਾ ਕਹਿੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਹਿੰਗਾਈ ਵਧੀ ਨਹੀਂ ਗਈ ਬਸ ਇਧਰ ਉਧਰ ਹੋ ਗਈ ਹੈ ਸਮੋਸਾ ਗੀਆਂ ਦਾ ਹੋ ਗਿਆ ਕਾਲਪਾਂਜਾ ਦੀ ਹੋ ਗਈ ਉਹਦਾ ਰੇਟ ਉਧਰ ਚਲ ਗਿਆ ਉਹਦਾ ਉਧਰ ਚਲ ਗਿਆ ਮਹਿੰਗਾਈ ਵਧ ਹੀ ਨੀਤਰ ਹੋ ਗਈ ਲੇਕਿਨ ਇੱਕ ਗਰੀਬ ਬੰਦਾ ਜਿਹਦੇ 10000 ਤਨਖਾਹ ਆ ਉਹ ਇਨੀ ਮਹਿੰਗਾਈ ਦੇ ਵਿੱਚ ਕਿਦਾ ਸਰਵਾਈਵ ਕਰ ਸਕਦਾ ਇਹ ਤੁਸੀਂ ਸਾਰੇ ਭੈਣਾ ਭਰਾ ਮੇਰੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਅਗਰ ਕਿਸੇ ਭਰਾ ਉਹ ਸਰਵਾਈਵ ਕਰ ਸਕਦਾ 10000 ਦੇ ਵਿੱਚ ਆਮ ਬੰਦੇ ਦੀ ਡੇਲੀ ਦੀ ਐਕਸਪੈਂਸ ਜਿਹੜੇ ਹੈਗੇ ਆ 1000 ਰੁਪਿਆ ਘੱਟ ਤੋਂ ਘੱਟ ਵੀ ਕਰੇ ਤਾਂ 1000 ਰੁਪਿਆ ਲੱਗ ਜਾਂਦਾ ਗੱਲ ਕਿਸੇ ਦੀ ਕਿਤੇ ਪਹੁੰਚ ਗਈ ਕਾਨਕ ਤੋਂ ਗੱਲ ਸ਼ੁਰੂ ਕਰਕੇ ਕਿਸੇ ਮਗਹਾਈ ਤੇ ਜਾ ਮਕਾਈ ਮੈਂ ਮੇਰੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਸੀਗਾ ਕਿ ਦੱਸਣਾ ਕਿ ਮੈਂ ਆਪਣਾ ਅੱਜ ਆਪਣਾ ਕੰਮ ਕਰ ਰਹੇ ਆ ਅਸੀਂ ਕਾਨਕ ਦੀ ਤਿਆਰੀ ਹੋ ਰਹੀ ਆ ਕਾਨਕ ਦੀ ਇਨਸ਼ਾਅੱਲਾ ਦੋਹਾਂ ਚੋਹਾਂ ਦੇ ਨਾਲ ਦੇ ਵਿੱਚ ਕਾਨਕ ਬੀਜ ਕੇ ਫਾਈਨਲ ਕਰਨੀ ਆ ਕਿਉਂਕਿ 15 ਨਵੰਬਰ ਤੋਂ 20 ਨਵੰਬਰ ਤੱਕ ਕਹਿੰਦੇ ਹੁੰਦੇ ਆ ਕਿ ਇਹਨੂੰ ਫਾਈਨਲ ਗੇਤੀ ਕਾਨਕ 15 ਤੋਂ 20 ਨਵੰਬਰ ਤੱਕ ਹੁੰਦੀ ਆ ਇਹਦੇ ਬਾਅਦ ਫਿਰ ਜਿੱਦਾ ਜਿੱਦਾ ਦਿਨ ਲੱਗਦੇ ਜਾਣੇ ਲੇਟ ਹੁੰਦੀ ਜਾਣੀਏ ਇਸ ਵਾਸਤੇ ਦੋਹਾਂ ਚੌਹਾਂ ਦਿਨਾਂ ਦੇ ਵਿੱਚ ਅਸੀਂ ਵੀ ਇਹਨੂੰ ਫਾਈਨਲ ਕਰਨਾ ਵਾ ਤਾਂ ਕਿ ਸਾਨੂੰ ਉਸ ਪੂਰੀ ਮਿਲ ਡੀਏਪੀ ਦੇ ਹਾਲਾਤ ਇਹਦਾ ਵਾ ਕਿ 9000 ਨੂੰ ਡੀਏਪੀ ਦਾ ਇੱਕ ਪੂਰਾ ਹੋ ਗਿਆ ਵਾ ਇਸ ਵਾਸਤੇ ਇਸ ਦਫਾ ਸਾਡਾ ਡੀਏਪੀ ਨਾਲ ਫੁੱਲ ਬਾਈਕਾਟ ਕਰਨ ਦਾ ਰਜ਼ਾ ਵਾ ਕਿ ਡੀਏਪੀ ਨਾ ਪਈਏ ਉਹਦਾ ਕੋਈ ਮਤਬਦਲ ਉਹਦੇ ਨਾਲ ਰਲਤ ਕੋਈ ਸ਼ੈ ਨਹੀਂ ਸਕਦੀ ਲੇਕਿਨ ਜਿਹੜਾ ਅੱਜ ਕੱਲ ਡੀਏਪੀ ਆ ਰਹੀ ਆ ਉਹ ਵੀ ਤੋਂ ਖਾਲਸ ਨਹੀਂ ਨਾ ਆ ਰਹੀ ਜਿਦਾਂ ਦੀ ਅੱਗੇ ਹੁੰਦੀ ਸੀ ਇਸ ਵਾਸਤੇ ਉਹਦਾ ਕੋਈ ਮਤਬਾਦਲ ਲੱਭਿਆ ਵਾ ਸੀ ਉਹ ਪਾਵਾਂ ਕਿ ਇਨਸ਼ਾਅੱਲਾ ਉਮੀਦ ਆ ਕਿ ਐਵਰੇਜ ਚੰਗੀ ਆਊਗੀ ਨਾਲ ਦੇ ਨਾਲ ਤੁਹਾਨੂੰ ਵੀ ਦਿਖਾਉਂਦੇ ਰਵਾਂਗੇ ਕਿ ਕਿਦਾਂ ਕੀ ਐਵਰੇਜ ਆ ਰਹੀ ਆ ਸਾਡੀ ਕਿ ਦੇਖਣਾ ਵਾ ਕਿ ਸਾਨੂੰ ਸਹੀ ਔਸਤ ਦਿੰਦੀ ਆ ਕਿ ਨਹੀਂ ਬੰਨੇ ਛਾਂਗ ਹੋ ਗਿਆ ਔਖੇ ਸੋਖੇ ਰੋਤ ਹੋ ਕੇ ਛਾਂਗ ਹੀ ਲਾਇਆ ਮੋਢ ਬਹੁਤ ਜ਼ਿਆਦਾ ਸੀ ਕੁਮਾਰ ਦੇ ਬੰਨੇ ਮੋਢਾ ਵਾਲੇ ਜਿਹੜੇ ਆ ਬਹੁਤ ਔਖੇ ਛੰਗ ਹੁੰਦੇ ਹੁੰਦੇ ਤੇ ਹੁਣ ਥੋੜਾ ਜਿਹਾ ਖਾਲਾ ਕਰਨਾ ਵਾ ਖਾਲਾ ਕੱਢ ਕੇ ਤੇ ਫਿਰ ਜੁਮਾ ਵੀ ਅੱਜ ਤੁਹਾਨੂੰ ਮੇਰੇ ਮੇਰੇ ਵੱਲੋਂ ਸਾਰਿਆਂ ਨੂੰ ਜੁਮਾ ਮੁਬਾਰਕ ਤੇ ਫਿਰ ਜੁਮਾ ਪੜਾਂਗੇ ਤੇ ਜੁਮਾ ਪੜ ਕੇ ਕੋਈ ਆਪਣੀ ਆਮ ਰੁਟੀਨ ਦਾ ਕੰਮ ਕਰਾਂਗੇ ਇਸ ਗੱਲ ਦੇ ਨਾਲ ਅੱਜ ਦੀ ਵੀਡੀਓ ਖਤਮ ਕਰਦੇ ਆ ਕਿਉਂਕਿ ਕੰਮ ਕਾਫੀ ਜ਼ਿਆਦਾ ਕਰਨ ਵਾਲੇ ਆ ਤੇ ਮੇਰੇ ਚੈਨਲ ਨੂੰ ਮਿਹਰਬਾਨ ਕਰਕੇ ਸਬਸਕ੍ਰਾਈਬ ਕਰੋ ਬੈਲ ਆਈਕਨ ਵੀ ਦਬੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸਪੋਰਟ ਕਰਦੇ ਰਹੋ ਮਿਹਰਬਾਨੀ ਜੀ ਅਸਲਾਮੁਅਲੈਕ